ਸ਼ੇਵ ਕੇ ਦਰਵੇਸ਼ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਸਰਦਾਰ ਅਲੀ ਨੇ ਬਹੁਤ ਵਾਰੀ ਇਹ ਗੱਲ ਆਪਣੇ ਲਾਈਵ ਸ਼ੋਅ ਵਿੱਚ ਵੀ ਦੱਸੀ ਹੈ ਜਿਹੜੀ ਗੱਲ ਅੱਜ ਆਪਾਂ ਕਰਨ ਜਾ ਰਹੇ ਹਾਂ ਕਿੱਸਾ ਸੁਣਨ ਵਾਲਾ ਹੈ ਹਰ ਪੀਰ ਫਕੀਰ ਇਹ ਕਿਸੇ ਨੂੰ ਮੰਨਦਾ ਹੈ ਤਾਂ ਸਰਦਾਰ ਅਲੀ ਜੀ ਇੱਕ ਦਿਨ ਲਾਈਵ ਹੋਏ ਤੇ ਉਹਨਾਂ ਨੇ ਇਹ ਕਿੱਸਾ ਸੁਣਾਇਆ ਹਜਰਤ ਪੀਰ ਮੂਸਾ ਅਲੀ ਜੀ ਕਹਿੰਦੇ ਸਭ ਨਾਲੋਂ ਵੱਡਾ ਪੀਰ ਫਕੀਰ ਕੌਣ ਹੋਊਗਾ ਸਰ ਨਾਲੋਂ ਵੱਡਾ ਪੀਰ ਫਕੀਰ ਕੌਣ ਹੋ ਸਕਦਾ ਸੀ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਕਹਾਣੀ ਵਾਲ ਚੱਲਦੇ ਹਾਂ ਜੀ ਤਾਂ ਹਜਰਤ ਪੀਰ ਮੂਸਾਲੀ ਜੀ ਦੇ ਦਰਬਾਰ ਤੇ ਕਵਾਲ ਆਏ ਸੀ ਗੌਣ ਤਾਂ ਹਜਰਤ ਪੀਰ ਮੂਸਾਲੀ ਜੀ ਕਹਿੰਦੇ ਸਭ ਨਾਲੋਂ ਵੱਡਾ ਪੀਰ ਫਕੀਰ ਕਵਾਲ ਹੋਣੇ ਸੀ ਕਵਾਲੀ ਗਾਉਣ ਵਾਲੇ ਜਾਂ ਗਾਇਕ ਕਹਿ ਲੋ ਸਭ ਤੋਂ ਵੱਡੇ ਪੀਰ ਫਕੀਰ ਗਾਇਕ ਹੋਣੇ ਸੀ ਜੇ ਇਹਨਾਂ ਦੇ ਢਿੱਡ ਨਾਲ ਲੱਗਿਆ ਹੁੰਦਾ ਢਿੱਡ ਮਤਲਬ ਤੁਸੀਂ ਸਮਝਦੇ ਹੋ ਰੋਟੀ ਖਾਣ ਵਾਲਾ ਢਿੱਡ ਜਾਂ ਪਚਾਉਣ ਵਾਲਾ ਢਿੱਡ ਤਾਂ ਉਹਨੇ ਪੁੱਛਿਆ ਕਹਿੰਦੇ ਜੀ ਇਦਾਂ ਕਿਵੇਂ ਕਹਿੰਦੇ ਅਸੀਂ ਇੱਕ ਆਮ ਇਨਸਾਨ ਸਿਰਫ ਰੱਬ ਦੀ ਬੰਦਗੀ ਕਰਦੇ ਆ ਪਰ ਸਾਡੇ ਢਿੱਡ ਨਹੀਂ ਲੱਗਿਆ ਭਾਵ ਅਸੀਂ ਰੋਟੀਆਂ ਬਾਰੇ ਨਹੀਂ ਸੋਚਦੇ ਵੀ ਰੋਟੀ ਕਿਵੇਂ ਕਮਾਉਣੀ ਆ ਅਸੀਂ ਤਾਂ ਲੋਕਾਂ ਦਾ ਭਲਾ ਕਰਨ ਬਾਰੇ ਸੋਚਦੇ ਆ ਤਾਂ ਕਰਕੇ ਅਸੀਂ ਪੀਰ ਫਕੀਰ ਬਣ ਗਏ ਤਾਂ ਅਸੀਂ ਸਭ ਤੋਂ ਉੱਪਰ ਹੋ ਗਏ ਗਾਇਕ ਜਿਹੜੇ ਸੀ ਉਹ ਕਵਾਲ ਸੀਗੇ ਜਿਹੜੇ ਰੱਬ ਦੀ ਬੰਦਗੀ ਵੀ ਕਰਦੇ ਸੀ ਤੇ ਰੱਬ ਦੀ ਰੱਬ ਨੂੰ ਕਵਾਲੀ ਸੁਣਾ ਕੇ ਖੁਸ਼ ਵੀ ਕਰਦੇ ਸੀ ਉਹ ਉੱਥੇ ਹੀ ਰਹਿ ਗਏ ਕਿਉਂ ਕਿ ਉਹਨਾਂ ਨੇ ਆਪਦੇ ਢਿੱਡ ਬਾਰੇ ਸੋਚਿਆ ਜੇ ਉਹ ਇਹ ਨਾ ਸੋਚਦੇ ਤਾਂ ਉਹਨਾਂ ਨੇ ਪੀਰ ਫਕੀਰਾਂ ਤੋਂ ਵੀ ਉੱਪਰ ਹੋਣਾ ਸੀ ਪਰ ਗਾਇਕ ਦਾ ਢਿੱਡ ਕਦੇ ਨਹੀਂ ਭਰਦਾ ਤਾਂ ਕਰਕੇ ਗਾਇਕ ਗਾਇਕ ਰਹਿ ਜਾਂਦਾ ਤੇ ਜਿਹੜਾ ਪੀਰ ਫਕੀਰ ਉਹ ਪੀਰ ਫਕੀਰ ਬਣ ਜਾਂਦਾ ਏ ਸੀ ਇੱਕ ਕਿੱਸਾ ਨਿੱਕੀ ਜੀ ਗੱਲ ਜੇ ਤੁਹਾਨੂੰ ਵਧੀਆ ਲੱਗੀ ਤਾਂ ਮੇਰੇ YouTube ਚੈਨਲ ਸ਼ੇਵਕਾ ਦਰवेश ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਬੈਲ ਆਈਕਨ ਜਰੂਰ ਦਬਾਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਜੀ Done what?